ਸਤਿ ਸ਼੍ਰੀ ਅਕਾਲ ਦੋਸਤੋ ਟੈਟਬਜ਼ਰ ਐਜੂਕੇਸ਼ਨਲ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਜਸਵੰਤ ਸਿੰਘ ਸੋ ਅੱਜ ਆਪਣਾ ਜਿਹੜਾ ਦਿਨ ਰਹਿਣ ਵਾਲਾ 18ਵਾਂ ਸੋ ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬੀ ਪ੍ਰੈਕਟਿਸ ਸੈੱਟ ਪੇਪਰ ਸੋ ਪੰਜਾਬ ਦੇ ਐਗਜ਼ਾਮ ਦੇ ਲਈ ਜਿੰਨਾ ਐਗਜ਼ਾਮ ਦੇ ਵਿੱਚ ਵਿਸ਼ਾ ਪੰਜਾਬੀ ਜ਼ਰੂਰੀ ਕੀਤਾ ਗਿਆ ਸੋ ਸਾਰੇ ਐਗਜ਼ਾਮ ਦੇ ਲਈ ਲਾਭਦਾਇਕ ਨਹੀਂ ਸੋ ਜਿਹੜਾ ਟੈਟਬਜ਼ਰ ਐਪਲੀਕੇਸ਼ਨ ਦੇ ਉੱਪਰ ਕੋਰਸ ਚੱਲ ਰਿਹਾ ਇੱਕ ਜਾਣਕਾਰੀ ਉਹਨਾਂ ਦੇ ਬਾਰੇ ਪੰਜਾਬ ਪੁਲਿਸ ਔਰ ਪੰਜਾਬ ਪਟਵਾਰੀ ਦਾ ਕ੍ਰੈਸ਼ ਕੋਰਸ ਈਟੀਟੀ ਸੈਕੰਡ ਪੇਪਰ ਐਨਟੀਟੀ 8393 ਦੀ ਭਰਤੀ ਨੂੰ ਲੈ ਕੇ ਜੇਲ੍ਹ ਵਾਰਡਨ ਤੇ ਕੋਆਪਰੇਟਿਵ ਬੈਂਕ ਉਹ ਨਾਲ ਹੀ ਜਿਹੜਾ ਪੀਐਸਟੈਟ ਪੇਪਰ 1 ਅਤੇ ਪੇਪਰ 2 ਸੋ ਸਾਰੇ ਬੈਚ ਜਿਹੜੇ ਆ ਟੈਟ ਵਜ਼ਰ ਐਪਲੀਕੇਸ਼ਨ ਦੇ ਉੱਪਰ ਡੈਮੋ ਅਵੇਲੇਬਲ ਨੇ ਸੋ ਐਪਲੀਕੇਸ਼ਨ ਦਾ ਲਿੰਕ ਤੁਹਾਨੂੰ ਇਸ ਵੀਡੀਓ ਲੈਕਚਰ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਾਵੇਗਾ ਸੋ ਜਾ ਕੇ ਤੁਸੀਂ ਡੈਮੋ ਚੈੱਕ ਕਰ ਸਕਦੇ ਹੋ ਲਾਈਵ ਪਲੱਸ ਪ੍ਰੀ ਰਿਕਾਰਡਡ ਲੈਕਚਰ ਜਿਹੜੇ ਤੁਹਾਡੇ ਇਨ੍ਹਾਂ ਬੈਚ ਦੇ ਵਿੱਚ ਰਹਿਣ ਵਾਲੇ ਨੇ ਸੋ ਹੁਣ ਆਪਾਂ ਜਿਹੜੇ ਇਹ ਬੈਚ ਆਪਾਂ ਡਿਸਕਸ ਕੀਤੇ ਸੋ ਇਹਨਾਂ ਦੇ ਵਿੱਚ ਵਿਸ਼ਾ ਪੰਜਾਬੀ ਜ਼ਰੂਰੀ ਔਰ ਪ੍ਰੈਕਟਿਸ ਸੈਟ ਪੇਪਰ ਇਹਨਾਂ ਸਾਰੇ ਇਗਜ਼ਾਮ ਦੇ ਲਈ ਹੀ ਲਾਭਦਾਇਕ ਸਿੱਧਾ ਜਿਹੜਾ ਆਪਾਂ ਨੇ ਓਪਨ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਪਹਿਲੇ ਪ੍ਰਸ਼ਨ ਦੇ ਉੱਪਰ ਮੂਵ ਕਰਦੇ ਹਾਂ ਜ਼ਿਲ੍ਹਾ ਫਰੀਦਕੋਟ ਬਰਨਾਲਾ ਲੁਧਿਆਣਾ ਤੇ ਸੰਗਰੂਰ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਸੋ ਇਹ ਆਪਸ਼ਨ ਮਲਵਈ ਬੀ ਆਪਸ਼ਨ ਦਵਾਬੀ ਸੀ ਆਪਸ਼ਨ ਪੋਟੋਹਾਰੀ ਤੇ ਡੀ ਆਪਸ਼ਨ ਮਾਜੀ ਤਾਂ ਸਹੀ ਆਨਸਰ ਦੀ ਚੋਣ ਹੈ ਏ ਆਪਸ਼ਨ ਫਰੀਦਕੋਟ ਜ਼ਿਲ੍ਹਾ ਤੇ ਬਰਨਾਲਾ ਲੁਧਿਆਣਾ ਸੰਗਰੂਰ ਦੇ ਵਿੱਚ ਮਲਵਈ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਜਾਂ ਮਲਵਈ ਉਪਭੋਲੀ ਜਿਹੜੀ ਹੈ ਉਹ ਬੋਲੀ ਜਾਂਦੀ ਇਸ ਖੇਤਰ ਦੇ ਵਿੱਚ ਦੂਸਰੇ ਪ੍ਰਸ਼ਨ ਦੇ ਪ੍ਰਮੁਖ ਕਰਦੇ ਹਾਂ ਵਾਕ ਵਿੱਚੋਂ ਕਾਰਕ ਲੱਭਣ ਲਈ ਹੋਰ ਕਿਹੜੇ ਸਾਧਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਹੁਣ ਤੁਹਾਡੇ ਸਾਹਮਣੇ ਕੋਈ ਇੱਕ ਵਾਕ ਲਿਖਿਆ ਹੋਇਆ ਔਰ ਉਸ ਦੇ ਵਿੱਚ ਕਾਰਕ ਦੀ ਵਰਤੋਂ ਕੀਤੀ ਹੋਈ ਹੈ ਤੋ ਤੁਸੀਂ ਹੁਣ ਕਾਰਕ ਨੂੰ ਲੱਭਣਾ ਹੈ ਤਾਂ ਕਿਹੜਾ ਸਾਧਨ ਦੀ ਵਰਤੋਂ ਜਿਹੜੀ ਕੀਤੀ ਜਾ ਸਕਦੀ ਹੈ ਇਹ ਆਪਸ਼ਨ ਅੰਦਾਜ਼ਾ ਲਾਉਂਗੇ ਤੁਸੀਂ ਅੰਦਾਜ਼ਾ ਲਗਾ ਕੇ ਵੀ ਆਪਸ਼ਨ ਜਿਹੜਾ ਵਚਨ ਬਦਲ ਕੇ ਸੀ ਆਪਸ਼ਨ ਪ੍ਰਸ਼ਨ ਪੁੱਛ ਕੇ ਤੇ ਡੀ ਆਪਸ਼ਨ ਸ਼ਬਦਾਂ ਨੂੰ ਗਿਣ ਕੇ ਤਾਂ ਸਹੀ ਆਨਸਰ ਜਿਹੜਾ ਹੈਗਾ ਦੂਸਰੇ ਸਵਾਲ ਦਾ ਜਵਾਬ ਹੈ ਸੀ ਆਪਸ਼ਨ ਪ੍ਰਸ਼ਨ ਪੁੱਛ ਕੇ ਅ ਜਦੋਂ ਵੀ ਆਪਾਂ ਵਾਕ ਦਾ ਉਚਾਰਨ ਕਰਦੇ ਹਾਂ ਉਸ ਦੇ ਵਿੱਚ ਕੋਈ ਪ੍ਰਸ਼ਨ ਪੁੱਟ ਹੁੰਦਾ ਤਾਂ ਉੱਥੇ ਆਪਾਂ ਨੂੰ ਸਾਫ਼ ਪਤਾ ਲੱਗ ਜਾਂਦਾ ਹੈ ਕਿ ਇੱਥੇ ਕਾਰਕ ਦੀ ਵਰਤੋਂ ਕੀਤੀ ਹੋਈ ਹੈ। ਤੀਸਰਾ ਆਪਣੇ ਕੋਲ ਜਿਹੜਾ ਪ੍ਰਸ਼ਨ ਹੈਗਾ 부ਜਾਰਤਾ ਦੇ ਵਿੱਚੋਂ ਲਿਆ ਗਿਆ ਔਰ 부ਜਾਰਤਾ ਜਿਹੜੀਆ ਦਿਮਾਗ ਦੀ ਕਸਰਤ ਲਈ ਆਪਾਂ ਬੱਚਿਆਂ ਜਦੋਂ ਬਚਪਨ ਵਿੱਚ ਹੁੰਦੇ ਸਾਂ ਤਾਂ ਨਾਨੀ ਦਾਦੀ ਤੋਂ ਆਮ ਸੁਣਦੇ ਸਾਂ 부ਜਾਰਤਾ ਪਾਉਂਦੇ ਸੀ ਸੋ 부ਜਾਰਤ 부ਝੀ ਜਾਂਦੀ ਹੈ। ਸੋ ਇਸ ਤਰ੍ਹਾਂ ਇੱਕ 부ਜਾਰਤਾ ਤੁਹਾਡੇ ਸਾਹਮਣੇ ਵੀ ਹੈ। ਸੋ ਆਪਾਂ ਜਿਹੜਾ ਤੀਸਰਾ ਪ੍ਰਸ਼ਨ ਹੈ ਡਿਸਕਸ ਕਰਦੇ ਆ 부ਜਾਰਤ ਕੀ ਹੈ। ਇੱਕ ਦਰਖਤ ਕਲਕੱਤੇ ਨਾ ਆਉਣੂ ਜੜੂ ਤੇ ਨਾ ਪੱਤੇ ਤਾਂ ਜੜੂ ਵੀ ਨਹੀਂ ਹੈਗਾ ਤੇ ਪੱਤੇ ਵੀ ਨਹੀਂ ਹੈਗਾ ਤੇ ਇੱਕ ਦਰਖਤ ਹੈ ਜਿਹੜਾ ਕਲਕੱਤੇ ਤਾਂ ਕੀ ਹੈਗਾ ਇਹ ਆਪਸ਼ਨ ਕੱਦੂ ਦੀ ਵੇਲ ਵੀ ਆਪਸ਼ਨ ਗਲੋ ਦੀ ਵੇਲ ਤੇ ਸੀ ਆਪਸ਼ਨ ਖਰਬੂਜੇ ਦੀ ਵੇਲ ਤੇ ਡੀ ਆਪਸ਼ਨ ਅਮਰਵੇਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਸੋ ਕਮੈਂਟ ਕਰਕੇ ਵੀ ਦੱਸਣਾ ਤੁਸੀਂ ਸੀ ਦਾ ਜਿਹੜਾ ਆਨਸਰ ਹੈਗਾ ਡੀ ਆਪਸ਼ਨ ਤੀਸਰੇ ਪ੍ਰਸ਼ਨ ਦਾ ਅਮਰਵੇਲ ਕਿਉਂਕਿ ਅਮਰਵੇਲ ਜਿਹੜੀ ਆ ਇੱਕ ਦਰਖਤ ਕਲਕੱਤੇ ਇਹ ਜਿਹੜੀ ਦਰਖਤਾਂ ਦੇ ਉੱਪਰ ਆਪਾਂ ਜਿਹੜਾ ਆਮ ਵਾਤਾਵਰਣ ਦੇ ਉੱਪਰ ਦੇਖਦੇ ਆਂ ਕਈ ਵਾਰ ਅਮਰਵੇਲ ਆ ਜਿਹੜੀ ਦਰਖਤਾਂ ਦੇ ਉੱਪਰ ਚੁੱਕੀ ਹੁੰਦੀ ਸਾਰੇ ਦਰਖਤ ਨੂੰ ਕਵਰ ਕਰ ਲੈਂਦੀ ਹੈ ਔਰ ਨਾ ਉਹਨੂੰ ਜੜੂ ਜੜੂ ਨਹੀਂ ਹੈਗਾ ਉਸਦਾ ਜੜ ਜਿਹੜੀ ਹੈ ਉਸਦੀ ਨਹੀਂ ਹੈ ਤੇ ਨਾ ਹੀ ਪੱਤੇ ਕਦੇ ਵੇਖਿਆ ਅਮਰਵੇਲ ਨੂੰ ਪੱਤੇ ਲੱਗੇ ਹੋਣ ਬਸ ਇੱਕ ਜਿਹੜੀ ਆ ਲੜੀ ਜੀ ਹੁੰਦੀ ਵੇਲ ਹੁੰਦੀ ਕਿਸੇ ਵੀ ਦਰਖਤ ਤੇ ਸੁੱਟ ਦੋ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਆਪਣੇ ਆਪ ਫੈਲ ਜਾਵੇਗੀ ਔਰ ਉਹ ਜਿਹੜੇ ਦਰਖਤ ਦੇ ਉੱਪਰ ਹੁੰਦੀ ਹੈ ਉੱਥੋਂ ਹੀ ਆਪਣਾ ਜਿਹੜਾ ਦਾਣਾ ਪਾਣੀ ਪ੍ਰਾਪਤ ਕਰਦੀ ਹੈ ਆਪਣਾ ਭੋਜਨ ਜਿਹੜਾ ਪ੍ਰਾਪਤ ਕਰਦੀ ਤਾਂ ਸਹੀ ਆਨਸਰ ਸੀ ਅਮਰਵੇਲ ਤੀਸਰੇ ਸਵਾਲ ਦਾ ਜਵਾਬ ਹੈ ਜਿਹੜਾ ਡੀ ਆਪਸ਼ਨ ਚੌਥੇ ਪ੍ਰਸ਼ਨ ਦੇ ਉੱਪਰ ਮੁਵ ਕਰਦੇ ਹਾਂ ਵਾਕ ਵਿੱਚ ਜਿਸ ਨਾਲ ਗੱਲ ਕੀਤੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਸੋ ਇਹ ਆਪਸ਼ਨ ਹੈ ਜਿਹੜਾ ਤੁਸੀਂ ਉਹ ਤੇ ਬੀ ਆਪਸ਼ਨ ਭਰਾਜੀ ਸੀ ਆਪਸ਼ਨ ਉੱਤਮਪੁਰਖ ਤੇ ਡੀ ਆਪਸ਼ਨ ਹੈ ਮੱਧਮ ਪੁਰਖ ਤਾਂ ਸਹੀ ਆਨਸਰ ਦੀ ਚੋਣ ਹੈ ਜਿਹੜਾ ਡੀ ਆਪਸ਼ਨ ਮੱਧਮ ਪੁਰਖ ਆ ਦੇਖੋ ਇੱਕ ਅੰਨਿਆ ਪੁਰਖ ਹੁੰਦਾ ਹੈ ਜਿਹੜਾ ਦੋ ਪਰਸਨ ਆਪਸ ਵਿੱਚ ਗੱਲਬਾਤ ਕਰਨ ਤੀਸਰੇ ਪਰਸਨ ਦੇ ਬਾਰੇ ਗੱਲ ਕਰਦੇ ਤੀਜੇ ਵਿਅਕਤੀ ਦੇ ਬਾਰੇ ਗੱਲ ਹੋ ਰਹੀ ਹੋਵੇ ਤੇ ਮੱਧਮ ਪੁਰਖ ਹੁੰਦਾ ਜਿਹੜਾ ਜਿਸ ਨਾਲ ਗੱਲ ਕੀਤੀ ਗਈ ਹੋਵੇ ਜਿਵੇਂ ਮੈਂ ਤੁਹਾਨੂੰ ਟੀਚ ਕਰ ਰਹੇ ਆ ਪੰਜਾਬੀ ਤਾਂ ਔਰ ਜੇ ਲਾਈਵ ਲੈਕਚਰ ਦੇ ਵਿੱਚ ਆਪਣੀ ਜਿਹੜੀ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਜਿਹੜੇ ਮਧਪੁਰਖ ਦੇ ਵਿੱਚ ਆਉਨੇ ਹੋ ਤਾਂ ਸਹੀ ਆਨਸਰ ਸੀ ਡੀ ਆਪਸ਼ਨ 5ਵੇਂ ਪ੍ਰਸ਼ਨ ਦੇ ਉੱਪਰ ਮੁਵਕ ਕਰਦੇ ਆ ਜਾਪ ਸਾਹਿਬ ਦੇ ਕਰਤਾ ਹਨ ਤਾਂ ਜਾਪ ਸਾਹਿਬ ਦੇ ਕਰਤਾ ਕੌਣ ਹਨ اے ਆਪਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਬੀ ਆਪਸ਼ਨ ਗੁਰੂ ਅਰਜਨ ਦੇਵ ਜੀ ਸੀ ਆਪਸ਼ਨ ਗੁਰੂ ਗੋਬਿੰਦ ਸਿੰਘ ਜੀ ਤੇ ਡੀ ਆਪਸ਼ਨ ਗੁਰੂ ਰਾਮਦਾਸ ਜੀ ਤਾਂ ਸਹੀ ਅਮਰਦਾਸ ਜੀ ਲਿਖਿਆ ਔਰ ਸਹੀ ਆਨਸਰ ਦੀ ਚੋਣ ਹੈ 5ਵੇਂ ਸਵਾਲ ਦਾ ਜਵਾਬ ਹੈ ਜਿਹੜਾ ਸੀ ਆਪਸ਼ਨ ਜਾਪ ਸਾਹਿਬ ਦੇ ਕਰਤਾ ਨੇ ਗੁਰੂ ਗੋਬਿੰਦ ਸਿੰਘ ਜੀ ਤਾਂ ਜਿਹੜਾ ਜਪਜੀ ਸਾਹਿਬ ਦੇ ਕਰਤਾ ਗੁਰੂ ਨਾਨਕ ਦੇਵ ਜੀ ਨੇ ਕਈ ਵਾਰ ਜਿਹੜਾ ਮਿਸਟੇਕ ਨਹੀਂ ਕਰਨੀ ਤੁਸੀਂ ਇਹ ਧਿਆਨ ਵਿੱਚ ਰੱਖਣਾ ਤਾਂ ਸਹੀ ਆਨਸਰ ਜਾਪ ਸਾਹਿਬ ਦੇ ਕਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹੀ ਆਨਸਰ ਸੀ ਆਪਸ਼ਨ ਚੇਵੇਂ ਪ੍ਰਸ਼ਨ ਦੇ ਉੱਪਰ ਮੂਵ ਕਰਦੇ ਆਂ ਸਬਜ਼ੀਆਂ ਦੇ ਭਾਅ ਡੈਸ਼ ਗਏ ਹਨ ਤਾਂ ਇਹ ਮੁਹਾਵਰਾ ਜਿਹੜਾ ਪੂਰਾ ਕਰਨ ਲਈ ਕਿਹਾ ਗਿਆ ਆਮ ਆਪਾਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਵੀ ਜਿਹੜਾ ਇੰਨਾ ਜਿਹੜੇ ਵਾਕਾਂ ਦੀ ਵਰਤੋਂ ਵੀ ਕਰਦੇ ਆ ਤਾਂ ਦੇਖਦੇ ਆ ਕਿ ਆਪਸ਼ਨ ਹੈ ਸਬਜ਼ੀਆਂ ਦੇ ਭਾ ਡੈਸ਼ 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 ਗਏ ਹਨ ਤਾਂ ਇਹ ਆਪਸ਼ਨ ਹੈ ਜਿਹੜਾ ਆਪਣੇ ਕੋਲ ਅਸਮਾਨੀ ਚੜਨਾ ਬੀ ਆਪਸ਼ਨ ਹੈ ਛਾਈ ਮਾਈ ਹੋਣਾ ਸੀ ਆਪਸ਼ਨ ਹੈ ਊੜ ਊੜ ਅੱਗ ਵਰਨੀ ਤੇ ਡੀ ਆਪਸ਼ਨ ਹੈ 9 ਤੋਂ 11 ਹੋਣਾ ਤਾਂ ਸਹੀ ਆਨਸਰ ਦੀ ਚੋਣ ਹੈ ਜਿਹੜਾ ਏ ਆਪਸ਼ਨ ਸਬਜ਼ੀਆਂ ਦੇ ਭਾ ਅਸਮਾਨੀ ਚੜਨ ਗਏ ਹਨ ਤਾ ਦੇਖਦੇ ਆ ਨਾ ਕਿੰਨੀ ਮਹਿੰਗਾਈ ਹੋਈ ਪਈ ਆ ਸਮਾਜ ਦੇ ਵਿੱਚ ਹਰ ਇੱਕ ਚੀਜ਼ ਬਹੁਤ ਮਹਿੰਗੀ ਆ ਜਿਹੜਾ ਤਾਂ ਇਹ ਜਿਹੜਾ ਮੁਹਾਵਰਾ ਪੂਰਾ ਕਰਨਾ ਸੀ ਤੇ ਆਪਾਂ ਜਿਹੜਾ ਜਦ ਆ ਮੁਹਾਵਰੇ ਦਾ ਅਰਥ ਪੁੱਛਿਆ ਜਾਂਦਾ ਜਾਂ ਮੁਹਾਵਰੇ ਨੂੰ ਪੂਰਾ ਕਰੋ ਜਾਂ ਇਸ ਵਾਕ ਦੇ ਅਨੁਸਾਰ ਕਿਹੜਾ ਮੁਹਾਵਰਾ ਟੁਕਮਾ ਹੈ ਸੋ ਤਿੰਨ ਟਾਈਪ ਦੇ ਜਿਹੜੇ ਪ੍ਰਸ਼ਨ ਮੁਹਾਵਰੇ ਟਾਪਿਕ ਨੂੰ ਲੈ ਕੇ ਪੁੱਛੇ ਜਾਂਦੇ ਹਨ ਸੋ ਸਹੀ ਆਨਸਰ ਏ ਆਪਸ਼ਨ 7ਵੇਂ ਪ੍ਰਸ਼ਨ ਦੇ ਉੱਪਰ ਮੁਵਵ ਕਰਦੇ ਆ ਪਾਣੀ ਤੂੰ ਪਰ ਜਾ ਅਮਰਜੀਤ ਕਰੋ ਸਮਾਨ ਯੋਜਕ ਦੀ ਕਿਹੜੀ ਕਿਸਮ ਹੈ ਪਾਣੀ ਤੂੰ ਭਰ ਜਾ ਅਮਰਜੀਤ ਕਰੋ ਤਾਂ ਇਹ ਆਪਸ਼ਨ ਹੈ ਜਿਹੜਾ ਸਮੁੱਚੀ ਸਮਾਨ ਯੋਜਕ ਬੀ ਆਪਸ਼ਨ ਹੈ ਵਿਰੋਧੀ ਨਿਖੇਦੀ ਸਮਾਨ ਯੋਜਕ ਸੀ ਆਪਸ਼ਨ ਹੈ ਜਿਹੜਾ ਵਿਕਲਪੀ ਸਮਾਨ ਯੋਜਕ ਤੇ ਡੀ ਆਪਸ਼ਨ ਹੈ ਜਿਹੜਾ ਕਾਰਜ ਬੰਧਕ ਸਮਾਨ ਯੋਜਕ ਤਾਂ ਸਹੀ ਆਨਸਰ ਹੈ ਸਤਵੇਂ ਸਵਾਲ ਦਾ ਜਵਾਬ ਹੈ ਜਿਹੜਾ ਬੀ ਆਪਸ਼ਨ ਵਿਰੋਧੀ ਜਾਂ ਨਿਖੇਦੀ ਸਮਾਨਯੋਜਕ ਇਸ ਦੇ ਉੱਪਰ ਆਪਾਂ ਚਰਚਾ ਕਰਦੇ ਹਾਂ ਆ ਕਿਸੇ ਦਾ ਵਿਰੋਧ ਕਰਨਾ ਜਾਂ ਨਖੇਦੀ ਕਰਨੀ ਪਾਣੀ ਤੂੰ ਪਰ ਜਾਂ ਅਮਰਜੀਤ ਕਰੋ ਤਾਂ ਇਸ ਲਈ ਸਹੀ ਅਨਸਰ ਬੀ ਆਪਸ਼ਨ ਹੈ 8ਵੇਂ ਪ੍ਰਸ਼ਨ ਦੇ ਉੱਪਰ ਮੂਵ ਕਰਦੇ ਹਾਂ ਸਬੰਧਮਾਨ ਕਿਸ ਨੂੰ ਕਹਿੰਦੇ ਹਨ ਸੋ ਇਹ ਆਪਸ਼ਨ ਹੈ ਜਿਹੜਾ ਸਬੰਧਕਾਂ ਤੋਂ ਪਹਿਲਾਂ ਲੱਗਣ ਵਾਲੇ ਨਾਵਾਂ ਨੂੰ ਕੁਐਸਚਨ ਜਿਹੜਾ ਇੱਕ ਲੈਵਲ ਦਾ ਹੈ ਔਰ ਬੀ ਆਪਸ਼ਨ ਹੈ ਸੰਬੰਧਕਾਂ ਤੋਂ ਬਾਅਦ ਲੱਗਣ ਵਾਲੇ ਸ਼ਬਦਾਂ ਨੂੰ ਸੀ ਆਪਸ਼ਨ ਹੈ ਨਾਵਾਂ ਨਾਲ ਲੱਗਣ ਵਾਲੇ ਸੰਬੰਧਕਾਂ ਨੂੰ ਔਰ ਡੀ ਆਪਸ਼ਨ ਹੈ ਅਵਕਾਰੀ ਸੰਬੰਧਕਾਂ ਤਾਂ ਸਹੀ ਆਨਸਰ ਹੈ 8ਵੇਂ ਸਵਾਲ ਦਾ ਜਵਾਬ ਹੈ ਜਿਹੜਾ ਉਹ ਹੈ ਬੀ ਆਪਸ਼ਨ ਸੰਬੰਧਕਾਂ ਤੋਂ ਬਾਅਦ ਲੱਗਣ ਵਾਲੇ ਸ਼ਬਦਾਂ ਨੂੰ ਸੰਬੰਧਮਾਨ ਕਿਹਾ ਜਾਂਦਾ ਹੈ ਤਾਂ ਸੰਬੰਧੀ ਜਿਹੜਾ ਸ਼ਬਦਾਂ ਤੋਂ ਪਹਿਲਾਂ ਲੱਗਣ ਵਾਲੇ ਜਿਹੜੇ ਨਾਵ ਹੈ ਜਾਂ ਪੜਨਾਵ ਹੈ ਜਾਂ ਕੋਈ ਸ਼ਬਦ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਆ ਇਹ ਜਿਹੜਾ ਕਨਫਿਊਜ਼ਨ ਦੇ ਵਿੱਚ ਨਹੀਂ ਆਉਣਾ ਤੁਸੀਂ ਸੰਬੰਧ ਮਾਨ ਹੈ ਜਿਹੜਾ ਉਸ ਸੰਬੰਧਕਾ ਤੋਂ ਬਾਅਦ ਵਿੱਚ ਲੱਗਣ ਵਾਲੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਨੌਵੇਂ ਪ੍ਰਸ਼ਨ ਦੇ ਉੱਪਰ ਮੂਵ ਕਰਦੇ ਹਾਂ ਜਦ ਕੰਮ ਇੱਕ ਕੀਤਾ ਜਾਵੇ ਪਰ ਲਾਭ ਦੋ ਹੋ ਜਾਣ ਤਾਂ ਕਿਹੜਾ ਖਾਨ ਵਰਤਿਆ ਜਾਂਦਾ ਜਦੋਂ ਆਪਾਂ ਕਹਿੰਦੇ ਆ ਨਾ ਕਿ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ ਠੀਕ ਹੈ ਆਮ ਤੌਰ ਤੇ ਔਰ ਹੋਰ ਵੀ ਜਿਹੜੇ ਅਖਾਣ ਵਰਤੇ ਜਾਂਦੇ ਨੇ ਅਜਿਹੀ ਸਿਚੁਏਸ਼ਨ ਤੇ ਟੁਕਮੇ ਜਿਹੜੇ ਅਖਾਣ ਹਨ ਆਪਾਂ ਡਿਸਕਸ ਕਰਦੇ ਆ ਸਾਡੀ ਬਿੱਲੀ ਸਾਨੂੰ ਮਿਆਉਂ ਦੋਸਤੋ ਬਾਦ ਹੈ ਜਿਹੜਾ ਬੀ ਆਪਸ਼ਨ ਅਕਲ ਦਾ ਅੰਨਾ ਅਤੇ ਗੰਡ ਦਾ ਪੂਰਾ ਤੇ ਸੀ ਆਪਸ਼ਨ ਹੈ ਜਿਹੜਾ ਅਸਮਾਨ ਤੇ ਥੁੱਕਿਆ ਮੂੰਹ ਤੇ ਪੈਂਦਾ ਹੈ ਔਰ ਡੀ ਆਪਸ਼ਨ ਹੈ ਸਹੀ ਆਨਸਰ ਹੈ ਜਿਹੜਾ 9ਵੇਂ ਸਵਾਲ ਦਾ ਜਵਾਬ ਹੈ ਉਹ ਡੀ ਆਪਸ਼ਨ ਹੈ ਇੱਕ ਪੰਥ ਦੋ ਕਾਜ ਇੱਕ ਪੰਥ ਹੋਵੇ ਤੇ ਦੋ ਕਾਜ ਜਿਹੜੇ ਰਤੇ ਜਾਣ ਸੱਪ ਵੀ ਮਰ ਜੇ ਸੂਟੀ ਵੀ ਨਾ ਟੁੱਟੇ ਤਾਂ ਇਹ ਜੇ ਅਖਾਣ ਜਿਹੜੇ ਟੁਕਵੇਂ ਹਨ ਤਾਂ ਸਹੀ ਆਨਸਰ ਡੀ ਆਪਸ਼ਨ ਆ 10ਵੇਂ ਪ੍ਰਸ਼ਨ ਦੇ ਉੱਪਰ ਮੁਵ ਕਰਦੇ ਆ ਦੇਖਦੇ ਆ ਕਿਸ ਟਾਈਪ ਦਾ ਪ੍ਰਸ਼ਨ ਹੈ ਹੇਠ ਲਿਖੇ ਵਾਕਾਂ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣ ਕੇ ਉਸ ਦੇ ਸਾਹਮਣੇ ਨਿਸ਼ਾਨ ਲਵੋ ਤਾਂ ਇਸ ਦੇ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣਨੀ ਆ ਵਾਕ ਦੇ ਵਿੱਚੋਂ ਤੁਸੀਂ ਗਲਤੀ ਕੀਤੀ ਹੈ ਇਸ ਲਈ ਸਜ਼ਾ ਵੀ ਭੁਗਤੋ ਤਾਂ ਇਸ ਲਈ ਨੂੰ ਅੰਡਰਲਾਈਨ ਕੀਤਾ ਹੋਇਆ ਤਾਂ ਕਿਹੜਾ ਕਿਰਿਆ ਵਿਸ਼ੇਸ਼ਣ ਆਏ ਇਹ ਵੀ ਇੱਕ ਜਿਹੜਾ ਲੈਵਲ ਦਾ ਕੁਐਸਚਨ ਹੈ ਇਸ ਲਈ ਜਿਹੜਾ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਦੱਸੋ ਤਾਂ ਇਹ ਆਪਸ਼ਨ ਹੈ ਜਿਹੜਾ ਗਿਣਤੀ ਵਾਚ ਕਿਰਿਆ ਵਿਸ਼ੇਸ਼ਣ ਬੀ ਆਪਸ਼ਨ ਕਾਰਨ ਵਾਚ ਕਿਰਿਆ ਵਿਸ਼ੇਸ਼ਣ ਔਰ ਸੀ ਆਪਸ਼ਨ ਹੈ ਜਿਹੜਾ ਪਰਿਮਾਣ ਵਾਚ ਕਿਰਿਆ ਵਿਸ਼ੇਸ਼ਣ ਡੀ ਆਪਸ਼ਨ ਹੈ ਜਿਹੜਾ ਨਿਸ਼ਚੇ ਵਾਚ ਕਿਰਿਆ ਵਿਸ਼ੇਸ਼ਣ ਤਾਂ ਸਹੀ ਆਨਸਰ ਦੀ ਚੋਣ ਹੈ ਜਿਹੜਾ ਬੀ ਆਪਸ਼ਨ ਕਾਰਨ ਵਾਚ ਕਿਰਿਆ ਵਿਸ਼ੇਸ਼ਣ ਅ ਥੋੜਾ ਜਿਹਾ ਅਗਰ ਤੁਸੀਂ ਵਾਕ ਨੂੰ ਜੇਕਰ ਵਾਕ ਨੂੰ ਧਿਆਨ ਨਾਲ ਸੁਣੋ ਸਮਝੋ ਤਾਂ ਇਸ ਦਾ ਆਨਸਰ ਹੈ ਜਿਹੜਾ ਬੜਾ ਸੌਖੇ ਤਰੀਕੇ ਨਾਲ ਮਿਲ ਜਾਂਦਾ ਤੁਸੀਂ ਗਲਤੀ ਕੀਤੀ ਹੈ ਇਸ ਲਈ ਸਜ਼ਾ ਵੀ ਭੁਗਤੋ ਤਾਂ ਕਾਰਨ ਦੱਸਿਆ ਗਿਆ ਇਸ ਦੇ ਵਿੱਚ ਨੰਬਰ ਜਿਹੜਾ ਬੀ ਆਪਸ਼ਨ ਟਿਕ ਕਰੋ ਤੁਸੀਂ ਹੁਣ ਕਿਰਿਆ ਵਿਸ਼ੇਸ਼ਣ ਦੀ ਗੱਲ ਆਉਂਦੀ ਹੈ ਤਾਂ ਕਾਰਨ ਜਦੋਂ ਆਪਾਂ ਨੂੰ ਲੱਭ ਗਿਆ ਨਾ ਤਾਂ ਗਿਣਤੀ ਹੈ ਨਾ ਹੀ ਪਰਮਾਣ ਹੈ ਨਾ ਹੀ ਕੋਈ ਨਿਸ਼ਚਿਤ ਰੂਪ ਦੇ ਵਿੱਚ ਹੈ ਸਿਰਫ ਤਾਂ ਸਿਰਫ ਤੁਸੀਂ ਗਲਤੀ ਕੀਤੀ ਇਸ ਕਾਰਨ ਤੁਸੀਂ ਸਜ਼ਾ ਭੁਗਤੋ ਤਾਂ ਸਹੀ ਆਨਸਰ ਸਿਰਫ B ਆਪਸ਼ਨ ਆ ਕਦੇ ਵੀ ਗਿਣਤੀ ਦੀ ਗੱਲ ਹੋਵੇ ਪਰਮਾਨਣ ਦੀ ਗੱਲ ਹੋਵੇ ਨਿਸ਼ਚਿਤ ਦੀ ਗੱਲ ਹੋਵੇ ਨਿਖੇਦੀ ਦੀ ਗੱਲ ਹੋਵੇ ਜਾਂ ਵਿਰੋਧ ਦੀ ਗੱਲ ਹੋਵੇ ਤਾਂ ਵਾਕ ਨੂੰ ਉਸਦੇ ਅਰਥ ਨੂੰ ਸਾਰਥਕ ਰੂਪ ਦੇ ਵਿੱਚ ਸਮਝਣ ਦੀ ਥੋੜਾ ਕੋਸ਼ਿਸ਼ ਕਰਨੀ ਆਨਸਰ ਤੁਹਾਨੂੰ ਆਪਣੇ ਆਪ ਮਿਲ ਜਿਵੇਗਾ ਤੋ ਹੋਰ ਅਪਡੇਟ ਦੇ ਲਈ ਤੁਸੀਂ ਜੁਆਇਨ ਕਰੋ ਸਾਡਾ ਟੈਟ ਵਜ਼ਰ ਚ ਟੈਲੀਗ੍ਰਾਮ ਚੈਨਲ ਸੋ ਟੈਲੀਗ੍ਰਾਮ ਦਾ ਲਿੰਕ ਹੈ ਜਿਹੜਾ ਤੁਹਾਨੂੰ ਇਸ ਵੀਡੀਓ ਲੈਕਚਰ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਜਾਵੇਗਾ ਔਰ ਟੈਟ ਵਜ਼ਰ ਨੂੰ ਤੁਸੀਂ ਇੰਸਟਾਗ੍ਰਾਮ ਤੇ ਫੋਲੋ ਕਰੋ ਔਰ ਲਾਈਕ आवर ਫੇਸਬੁੱਕ ਪੇਜ ਜਿੰਨੀਆਂ ਵੀ ਅਪਡੇਟ ਨੇ ਤੁਹਾਡੀਆਂ ਤੁਹਾਡੇ ਰਿਗਾਰਡਿੰਗ ਜਿਹੜੀਆਂ ਕੰਪੀਟੀਟਿਵ ਇਗਜ਼ਾਮ ਦੇ ਰਿਗਾਰਡਿੰਗ ਤੁਹਾਡੇ ਨਾਲ ਇਹਨਾਂ ਜਿਹੜੇ ਚੈਨਲਾਂ ਦੇ ਰਾਹੀਂ ਇੰਨਾ ਜਿਹੜੇ ਐਪ ਦੇ ਰਾਹੀਂ ਇੰਟਰਨੈਟ ਦੇ ਸਾਧਨਾਂ ਦੇ ਰਾਹੀਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਸੋ ਵੱਧ ਤੋਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ ਔਰ ਫੇਸਬੁੱਕ ਪੇਜ ਨੂੰ ਲਾਈਕ ਕਰੋ ਆਪਣੇ ਦੋਸਤਾਂ ਤੱਕ ਵੱਧ ਤੋਂ ਸ਼ੇਅਰ ਕਰੋ ਔਰ ਸਾਡੇ ਫ੍ਰੀ ਵਟਸਐਪ ਗਰੁੱਪ ਦਾ ਹਿੱਸਾ ਬਣਨ ਲਈ ਤੁਸੀਂ ਸਾਨੂੰ ਆਪਣਾ ਨੇਮ ਪੇਪਰ ਸਿਟੀ ਮੇਲ ਜਾਂ ਫੀਮੇਲ ਲਿਖ ਕੇ ਐਸ ਨੰਬਰ ਤੇ ਮੈਸੇਜ ਸੈਂਡ ਕਰੋ ਅਸੀਂ ਤੁਹਾਨੂੰ ਆਪਣੇ ਵਟਸਐਪ ਗਰੁੱਪ ਦਾ ਹਿੱਸਾ ਬਣਾਵਾਂਗੇ ਜਿਸ ਦੇ ਵਿੱਚ ਵੀ ਤੁਹਾਡੇ ਨਾਲ ਐਗਜ਼ਾਮ ਦੇ ਸਬੰਧੀ ਜਿੰਨੀਆਂ ਵੀ ਅਪਡੇਟ ਆਉਂਦੀਆਂ ਨੇ ਨਵੇਂ ਬੈਚ ਓਪਨ ਸੀਰੀਜ਼ ਸੋ ਸਾਰਾ ਜਿਹੜਾ ਸਟੱਡੀ ਮਟੀਰੀਅਲ ਵੀ ਤੁਹਾਡਾ ਜਿਹੜਾ ਤੁਹਾਡੇ ਨਾਲ ਇਸ ਵਟਸਐਪ ਗਰੁੱਪ ਦੇ ਰਾਹੀਂ ਸਾਂਝਾ ਕੀਤਾ ਜਾਂਦਾ ਹੈ 11ਵੇਂ ਪ੍ਰਸ਼ਨ ਦੇ ਉੱਪਰ ਮੂਵ ਕਰਦੇ ਹਾਂ ਪੂਤਕਾਲ ਦੀਆਂ ਕਰਿਆਵਾਂ ਚੁਣੋ ਤੋ ਦੇਖੋ ਕਾਲ ਤਿੰਨ ਟਾਈਪ ਦੇ ਹੁੰਦੇ ਹਨ ਵਰਤਮਾਨ ਕਾਲ, ਭੂਤਕਾਲ ਅਤੇ ਭਵਿੱਖਤ ਕਾਲ। ਆਪਾਂ ਹਰੇਕ ਜਿਹੜੇ ਆ ਇਸ ਪ੍ਰੈਕਟਿਸ ਪੇਪਰ ਦੇ ਵਿੱਚ ਡਿਸਕਸ ਕਰਦੇ ਆਇਆ। ਤਾਂ ਇਸ ਲਈ ਭੂਤਕਾਲ ਦੀਆਂ ਚੁੰਨੀਆਂ ਹੈ ਹਨ ਹਾਂ। ਉਸ ਤੋਂ ਬਾਅਦ ਗਾ ਗੇਗੀ। ਸੀ ਆਪਸ਼ਨ ਹੈ ਸੀ ਸਾਂ ਸਨ ਤੇ ਡੀ ਆਪਸ਼ਨ ਹੈ ਜਿਹੜਾ ਨੂੰ ਨਾਲ ਪਰਸੋਂ ਤਾਂ ਸਹੀ ਆਨਸਰ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ। 11ਵੇਂ ਸਵਾਲ ਦਾ ਜਵਾਬ ਹੈ ਜਿਹੜਾ ਸੀ ਆਪਸ਼ਨ। ਤਾਂ ਇਹ ਆਪਸ਼ਨ ਕਿਹੜਾ ਕਾਲ ਆ ਤੁਸੀਂ ਮੈਨੂੰ ਜਿਹੜਾ 11ਵੇਂ ਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਇਸ ਦਾ ਜਿਹੜਾ ਭੂਤਕਾਲ ਕਿਰਿਆਵਾਂ ਉਹ ਹਨ ਸੀ ਸਾਂ ਸੰ ਇਹ ਕਿਰਿਆਵਾਂ ਵਾਕ ਦੇ ਅੰਤ ਦੇ ਵਿੱਚ ਲੱਗੀਆਂ ਹੋਣ ਤਾਂ ਵਾਕ ਬੋਧ ਕਰਵਾ ਰਿਹਾ ਹੈ ਵਾਕ ਗਿਆਨ ਕਰਵਾ ਰਿਹਾ ਹੈ ਭੂਤਕਾਲ ਦਾ ਤਾਂ ਸਹੀ ਆਨਸਰ ਸੀ ਆਪਸ਼ਨ 12ਵੇਂ ਪ੍ਰਸ਼ਨ ਦੇ ਉੱਪਰ ਮੂਵ ਕਰਦੇ ਹਾਂ ਗੁਣਵਾਚਕ ਵਿਸ਼ੇਸ਼ਣ ਚੁਣੋ ਵਿਸ਼ੇਸ਼ਣ ਕਿਸੇ ਵੀ ਵਸਤੂ ਸਥਾਨ ਨਾਮ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਔਰ ਜਿਹੜਾ ਇਸ ਤੋਂ ਗੁਣਵਾਚਕ ਵਿਸ਼ੇਸ਼ਣ ਕਿਸੇ ਵਸਤੂ, ਸਥਾਨ, ਵਿਅਕਤੀ ਦੇ ਗੁਣਾਂ ਨੂੰ ਦਰਸਾਇਆ ਜਾਵੇ ਤਾਂ ਉਹ ਹੁੰਦਾ ਹੈ ਗੁਣਵਾਚਕ ਵਿਸ਼ੇਸ਼ਣ ਤਾਂ ਦੇਖਦੇ ਆਪਾਂ ਇਹ ਆਪਸ਼ਨ ਸੁੰਦਰਤਾ ਜਸ ਸੁੰਦਰ ਠੀਕ ਹੈ ਪਤਲਾ, ਮਿੱਠਾ ਬੀ ਆਪਸ਼ਨ ਕੁਰਸੀ, ਮੇਜ਼, ਕਾਰ ਨਾਮ ਨੇ, ਪੈਨ, ਪੈਨਸਿਲ, ਕਿਤਾਬ ਇਹ ਵੀ ਨਾਮ ਨੇ, ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਆਨਸਰ ਹੋਊਗਾ ਤੁਹਾਨੂੰ ਆਪਣੇ ਆਪ ਪਤਾ ਲੱਗ ਗਿਆ ਹੋਣਾ ਇਹ ਆਪਸ਼ਨ ਸੁੰਦਰ ਤੇ ਜਿਹੜਾ ਜਿਹੜਾ ਨਹੀਂ ਸੁੰਦਰ ਆ ਠੀਕ ਹੈ ਜਾਂ ਆਤੀ ਸੁੰਦਰ ਮੋਟਾ ਪਤਲਾ ਠੀਕ ਹੈ ਕੌੜਾ ਮਿੱਠਾ ਇਹ ਕੀ ਨੇ ਇਹ ਵਿਸ਼ੇਸ਼ਤਾ ਨੇ ਅੰਬ ਬੜੇ ਮਿੱਠੇ ਨੇ ਅੰਬ ਖੱਟੇ ਨੇ ਤਾਂ ਅੰਬਾਂ ਦੀ ਕੀ ਵਿਸ਼ੇਸ਼ਤਾ ਹੈ ਮਿੱਠੇ ਨੇ ਖੱਟੇ ਨੇ ਤਾਂ ਸਹੀ ਆਨਸਰ ਇਸ ਲਈ ਜਿਹੜਾ ਗੁਣ ਦੱਸਿਆ ਜਾ ਰਿਹਾ ਸੁੰਦਰ ਪਤਲਾ ਮਿੱਠਾ ਤਾਂ ਆਪਸ਼ਨ ਜਿਹੜਾ ਏ ਹੈ ਇਹਦੇ ਵਿੱਚ ਪ੍ਰਸ਼ਨ ਦੇ ਉੱਪਰ ਮੁਵ ਕਰਦੇ ਆ ਪੰਜਾਬੀ ਉਚਾਰਨ ਦੇ ਗੁਣਾ ਨੂੰ ਅੰਕਿਤ ਕਰਨ ਵਾਲੇ ਵਿਰਾਮ ਚਿੰਨਾਂ ਦੀ ਚੋਣ ਕਰੋ ਤੋ ਵਿਸ਼ਰਾਮ ਚਿੰਦੀ ਵਰਤੋਂ ਕਿਉਂ ਕੀਤੀ ਜਾਂਦੀ ਆ ਕਿਸੇ ਵੀ ਵਾਕ ਦੇ ਸਾਰਥਕ ਅਰਥ ਕੱਢਣ ਦੇ ਲਈ ਵਾਕ ਦੀ ਜਿਹੜਾ ਪਾਰਟੀਸ਼ਨ ਕਰਨ ਦੇ ਲਈ ਵਾਕ ਨੂੰ ਵੰਡਣ ਦੇ ਲਈ ਵਾਕ ਦੇ ਵਿੱਚ ਸ਼ਬਦ ਜਿਹੜੇ ਆ ਉਹਨਾਂ ਨੂੰ ਹੋਰ ਜ਼ਿਆਦਾ ਮਹੱਤਤਾ ਦੇਣ ਦੇ ਲਈ ਔਰ ਵਾਕ ਦੇ ਜਿਹੜੇ ਅਰਥ ਜਦੋਂ ਵਾਕ ਦਾ ਉਚਾਰਨ ਕੀਤਾ ਜਾਵੇ ਜਾਂ ਉਸ ਨੂੰ ਅਨੁਕਰਣ ਕੀਤਾ ਜਾਵੇ ਪੜਿਆ ਜਾਵੇ ਤਾਂ ਉਸ ਦੇ ਅਰਥ ਜਿਹੜੇ ਆ ਸੁਤੰਤਰ ਰੂਪ ਦੇ ਵਿੱਚ ਸਾਰਥਕ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆਉਣ ਤਾਂ ਵਿਸ਼ਰਾਮ ਚਿੰਦੀ ਵਰਤੋਂ ਕੀਤੀ ਜਾਂਦੀ ਆ ਸੋ ਹੁਣ ਆਪਾਂ ਦੇਖਦੇ ਆਂ ਪੰਜਾਬੀ ਅਚਾਰਨ ਦੇ ਗੁਣਾਂ ਨੂੰ ਅੰਕਿਤ ਕਰਨ ਦੇ ਲਈ ਵਿਚਾਰਾਮਚਿੰਨ ਦੀ ਚੋਣ ਸੋ ਇਹ ਆਪਸ਼ਨ ਹੈ ਜਿਹੜਾ ਖੜੀ ਡੰਡੀ ਔਰ ਇਹੜਾ ਆਪਸ਼ਨ ਹੈ ਜਿਹੜਾ ਪ੍ਰਸ਼ਨਿਕ ਚਿੰਨ ਈੜੀ ਆਪਸ਼ਨ ਹੈ ਵਿਸਮਿਕ ਚਿੰਨ ਤੇ ਸਸਾ ਆਪਸ਼ਨ ਹੈ ਜਿਹੜਾ ਉਪਰੋਕਤ ਸਾਰੇ ਤਾਂ ਸਹੀ ਆਨਸਰ 13ਵੇਂ ਸਵਾਲ ਦਾ ਜਵਾਬ ਹੈ ਜਿਹੜਾ ਡੀ ਆਪਸ਼ਨ ਦੇਖੋ ਪੰਜਾਬੀ ਅਚਾਰਨ ਦੇ ਗੁਣਾਂ ਨੂੰ ਅੰਕਿਤ ਕਰਦੀ ਹੈ ਡੰਡੀ ਵੀ ਪਤਾ ਲੱਗਦਾ ਕੀ ਵਾਕ ਸੈਂਟੈਂਸ ਜਿਹੜਾ ਖਤਮ ਹੋ ਗਿਆ ਔਰ ਪ੍ਰਸ਼ਨ ਚਿੰਨ ਕੀ ਮੈਂ ਕੱਲ ਸਕੂਲ ਆਵਾਂਗਾ ਜਾਂ ਤੁਸੀਂ ਕੱਲ ਸਕੂਲ ਜਾਓਗੇ ਤਾਂ ਵੇਖੋ ਪ੍ਰਸ਼ਨ ਚਿੰਨ ਲੱਗੇਗਾ ਇਰਾਨ ਚਿੰਨ ਔਰ ਜਿਹੜਾ ਵਾਕ ਨੂੰ ਅੰਤਿਮ ਰੂਪ ਦੇ ਉਸ ਦਾ ਜਿਹੜਾ ਸਾਰਥਕ ਅਰਥ ਬਾਹਰ ਨਿਕਲ ਕੇ ਆਵੇਗਾ ਵਿਸ਼ਮਿਕ ਚਿੰਨ ਜਿਵੇਂ ਪੱਲੇ ਨੇ ਕੁੜੀਏ ਅਜਿਹੇ ਆਪਾਂ ਸ਼ਬਦ ਵਿਸ਼ਮਿਕ ਚਿੰਨ ਦੇ ਰੂਪ ਦੇ ਵਿੱਚ ਵਰਤਦੇ ਹਾਂ ਨਾਲ ਵਿਸ਼ਮਿਕ ਚਿੰਨ ਲੱਗਾ ਹੁੰਦਾ ਤਾਂ ਇਸ ਲਈ ਸਹੀ ਆਨਸਰ ਹੈ ਜਿਹੜਾ ਤਿੰਨੇ ਆਪਸ਼ਨਾਂ ਹੀ ਠੀਕ ਨੇ A ਵੀ B ਵੀ ਔਰ C ਵੀ ਤਾਂ ਉਪਰੋਕਤ ਸਾਰੇ ਤਾਂ ਸਹੀ ਆਨਸਰ D ਆਪਸ਼ਨ 14ਵੇਂ ਪ੍ਰਸ਼ਨ ਦੇ ਉੱਪਰ ਮੁਵ ਕਰਦੇ ਹਾਂ ਸਮਾਨਾਰਥਕ ਸ਼ਬਦ ਤਾਂ A ਆਪਸ਼ਨ ਹੈ ਜਿਹੜਾ ਤੋਦਵਾ ਜਿਹੜਾ ਇੱਛਾ ਇੱਛਾ ਦਾ ਆਪਾਂ ਨੇ ਸਮਾਨਾਰਥਕ ਸ਼ਬਦ ਦੱਸਣਾ ਹੈ ਉਦਾਸ B ਆਪਸ਼ਨ ਹੈ ਉਦੇਸ਼ C ਆਪਸ਼ਨ ਹੈ ਜਿਹੜਾ ਆਸ ਤੇ D ਆਪਸ਼ਨ ਹੈ ਚਾਹ ਤਾਂ ਸਹੀ ਆਨਸਰ ਦੀ ਚਾਹਣਾ ਜਿਹੜਾ 14ਵੇਂ ਸਵਾਲ ਦਾ ਜਵਾਬ ਹੈ ਉਹ ਹੈ D ਆਪਸ਼ਨ ਮੇਰੇ ਮਨ ਦੀ ਇੱਛਾ ਹੈ ਕਿ ਤੁਸੀਂ ਸਾਰੇ ਜਿਹੜਾ ਸਰਕਾਰੀ ਨੌਕਰੀ ਤੇ ਲੱਗੋ ਤੁਹਾਡੇ ਮਨ ਦੀ ਵੀ ਚਾਹ ਹੋਣੀ ਕਿ ਤੁਸੀਂ ਜਿਹੜਾ ਜੌਬ ਕਰੋ ਤਾਂ ਜਾਂ ਟੀਚਰ ਬਣੋ ਜਾਂ ਕੋਈ ਹੋਰ ਜੌਬ ਕਰੋ ਤਾਂ ਸਹੀ ਆਨਸਰ ਹੈ ਜਿਹੜਾ ਇਸ ਦਾ ਡੀ ਆਪਸ਼ਨ ਇੱਛਾ ਦਾ ਸਮਾਨਾਰਥਕ ਸ਼ਬਦ ਹੈ ਜਿਹੜਾ ਚਾਹ ਚਾਹ ਪੀਣ ਵਾਲੀ ਨਹੀਂ ਇੱਕ ਅੰਦਰੋਂ ਜਿਹੜੀ ਚਾਹਤ ਹੁੰਦੀ ਹੈ ਉਹ ਵਾਲੀ ਚਾ ਤਾਂ 15ਵੇਂ ਪ੍ਰਸ਼ਨ ਦੇ ਉੱਪਰ ਮੁਵ ਕਰਦੇ ਆ ਗੁਰਮੁਖੀ ਤਾਲਵੀ ਵਰਣ ਕਿਹੜੇ ਹਨ ਤਾਂ ਤਾਲਵੀ ਵਰਣ ਤਾਂ ਇਹ ਆਪਸ਼ਨ ਹੈ ਜਿਹੜਾ ਕ ਕ ਖ ਖ ਉਸ ਤੋਂ ਬਾਅਦ ਊੜਾ ਐੜਾ ਤੇ ਨਾਲ ਈ ੜੀ ਹੋਗੇ ਪੰਜਾਬੀ ਦੇ ਸਵਰ ਤਾਂ ਸੀ ਆਪਸ਼ਨ ਹੈ ਪਪ ਦੋ ਹੋਠੀ ਛਛਾ ਠੀਕ ਹੈ ਉਸ ਤੋਂ ਬਾਅਦ ਆ ਡੀ ਆਪਸ਼ਨ ਜਜਾ ਝਜਾ ਤੁਸੀਂ ਉਚਾਰਨ ਕਰਕੇ ਦੇਖੋ ਜਜਾ ਝਜਾ ਤਾਂ ਝਜਾ ਝੰਡਾ ਤਾਂ ਜਜਾ ਜੋਸ਼ ਤਾਂ ਇਹ ਜਿਹੜਾ ਜਦੋਂ ਵੀ ਆਪਾਂ ਇਹਨਾਂ ਵਰਨਾਂ ਦਾ ਉਚਾਰਨ ਕਰਦੇ ਹਾਂ ਆਪਣੀ ਜੀਬ ਤਾਲੂ ਨਾਲ ਟੱਚ ਹੁੰਦੀ ਹੈ ਤੁਸੀਂ ਕਰਕੇ ਵੀ ਦੇਖ ਸਕਦੇ ਹੋ ਤਾਂ ਇਸ ਲਈ ਜਿਹੜਾ ਜਜਾ ਔਰ ਚ ਜਸ ਸਹੀ ਆਨਸਰ 15ਵੇਂ ਸਵਾਲ ਦਾ ਜਵਾਬ ਹੈ 16ਵੇਂ ਪ੍ਰਸ਼ਨ ਦੇ ਉੱਪਰ ਮੂਵ ਕਰਦੇ ਹਾਂ ਜਿਹੜਾ ਪ੍ਰਨਾਵ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਸੋ ਇਹ ਆਪਸ਼ਨ ਹੈ ਜਿਹੜਾ ਪੁਰਖਵਾਚਕ ਪ੍ਰਨਾਵ ਬੀ ਆਪਸ਼ਨ ਨਿਜਵਾਚਕ ਪੜਨਾਵ ਸੀ ਆਪਸ਼ਨ ਮਧਪੁਰਖ ਤੇ ਡੀ ਆਪਸ਼ਨ ਸਬੰਧਵਾਚਕ ਪੜਨਾਵ ਤਾਂ ਸਹੀ ਆਨਸਰ ਹੈ 16ਵੇਂ ਸਵਾਲ ਦਾ ਜਵਾਬ ਹੈ ਜਿਹੜਾ ਬੀ ਆਪਸ਼ਨ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਜਾਂ ਪ੍ਰਣਾਵ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਨਿੱਜੀ ਕੰਮ ਹੋ ਗਿਆ ਤਾਂ ਇਸ ਲਈ ਨਿਜਵਾਚਕ ਪੜਨਾਵ ਸਹੀ ਆਨਸਰ ਬੀ ਆਪਸ਼ਨ 17ਵੇਂ ਪ੍ਰਸ਼ਨ ਦੇ ਉੱਪਰ ਮੁਵਕ ਕਰਦੇ ਹਾਂ ਕਿਹੜੇ ਨਾਚ ਵਿੱਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਤਾਂ ਹੁਣ ਨਾਚ ਨੇ ਗਿੱਧਾ ਭੰਗੜਾ ਸੱਮੀ ਉਮਰਤੀ ਜਗ੍ਹਾ ਤੇ ਡੀ ਆਪਸ਼ਨ ਲਿਖੋ ਤੁਸੀਂ ਝੂਮਰ ਤਾਂ ਇਹ ਟਾਈਪਿੰਗ ਮਿਸਟੈਕ ਹੈ ਝੂਮਰ ਗਿੱਧਾ ਭੰਗੜਾ ਸੱਮੀ ਸਾਰਾ ਪੰਜਾਬੀ ਸੱਭਿਆਚਾਰ ਤੁਹਾਡੇ ਸਾਹਮਣੇ ਘੁੰਮ ਰਿਹਾ ਹੋਣਾ ਹੁਣ ਤਾਂ ਸਹੀ ਆਨਸਰ ਹੈ 17ਵੇਂ ਸਵਾਲ ਦਾ ਜਵਾਬ ਹੈ ਜਿਹੜਾ ਸੀ ਆਪਸ਼ਨ ਸੱਮੀ ਦੇ ਵਿੱਚ ਢੋਲ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਸੰਗੀਤ ਸਾਜ਼ ਦੀ ਪਰ ਜਿਹੜਾ ਸੰਗੀਤ ਸਾਜ਼ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਸਮੀ ਦੀ ਕਿਉਂਕਿ ਸਮੀ ਤਾੜੀ ਸਾਜ਼ ਨਾਲ ਵੀ ਚੱਲ ਜਾਂਦੀ ਹੈ ਸਮੀ ਤਾੜੀ ਸਾਜ਼ ਨਾਲ ਵੀ ਨੱਚਿਆ ਜਾਂਦਾ ਹੈ ਔਰ ਸਮੀ ਦੇ ਵਿੱਚ ਟੱਪੇ ਬੋਲੀਆਂ ਨੂੰ ਵੀ ਜਿਹੜਾ ਸ਼ਿੰਗਾਰ ਬਣਾਇਆ ਜਾਂਦਾ ਸਮੀ ਦਾ ਤਾਂ ਸਹੀ ਆਨਸਰ ਸੀਗਾ ਸੀ ਆਪਸ਼ਨ ਜਿਹੜਾ ਨਾਚ ਸੰਗੀਤ ਸਾਜ਼ ਦੀ ਲੋੜ ਨਹੀਂ ਹੁੰਦੀ ਸਮੀ ਦੇ ਵਿੱਚ 18ਵੇਂ ਪ੍ਰਸ਼ਨ ਦੇ ਉੱਪਰ ਮੂਵ ਕਰਦੇ ਆਂ ਹਰ ਨਾਕਸ਼ ਨੂੰ ਮਾਰਨ ਵਾਲਾ ਕਿਸ ਰੂਪ ਵਿੱਚ ਸੀ ਸੋ ਹਰ ਨਾਕਸ਼ ਤੇ ਪਰਨਾਖਸ਼ ਦੋ ਭਰਾ ਸਨ ਬੇਕੰਟ ਵਿੱਚ ਰਹਿੰਦੇ ਸਨ ਇਹ ਜਿਹੜੀ ਸਟੋਰੀ ਹੈ ਉਹਨਾਂ ਦੀ ਸੋ ਜਿਹੜਾ ਹਰ ਨਾਕਸ਼ ਨੂੰ ਮਾਰਨ ਵਾਲਾ ਔਰ ਜ਼ੁਲਮ ਦਾ ਅੰਤ ਕਰਨ ਵਾਲਾ ਕਿਸ ਰੂਪ ਦੇ ਵਿੱਚ ਸੀਗਾ ਇਹ ਆਪਸ਼ਨ ਹੈ ਨਾ ਮਨੁੱਖ ਸੀ ਨਾ ਪਸ਼ੂ ਸੀ ਬੀ ਆਪਸ਼ਨ ਹੈ ਜਿਹੜਾ ਜਾਨਵਰ ਦੇ ਰੂਪ ਵਿੱਚ ਸੀ ਮਨੁੱਖ ਦੇ ਰੂਪ ਵਿੱਚ ਸੀ ਜਾਂ ਪੰਛੀ ਦੇ ਰੂਪ ਵਿੱਚ ਤਾਂ ਸਹੀ ਆਨਸਰ ਹੈ 18ਵੇਂ ਸਵਾਲ ਦਾ ਜਵਾਬ ਹੈ ਜਿਹੜਾ ਏ ਆਪਸ਼ਨ ਹੈ ਨਾ ਤਾਂ ਉਹ ਮਨੁੱਖ ਸੀ ਨਾ ਹੀ ਉਹ ਪਸ਼ੂ ਸੀ ਨਾ ਹੀ ਉਹ ਜਾਨਵਰ ਸੀ ਔਰ ਨਾ ਹੀ ਉਹ ਜਿਹੜਾ ਇੱਕ ਔਰਤ ਜਾਂ ਮਰਦ ਦੇ ਵਿੱਚ ਆਉਂਦਾ ਸੀ ਤਾਂ ਉਹ ਜਿਹੜਾ ਪ੍ਰਮਾਤਮਾ ਖੁਦ ਜਿਹੜਾ ਨਰ ਸਿੰਘ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਸੀ ਤਾਂ ਸਹੀ ਆਨਸਰ ਸੀ ਏ অপਸ਼ਨ 19 ਨੰਬਰ ਪ੍ਰਸ਼ਨ ਦੇ ਉੱਪਰ ਮੁਵ ਕਰਦੇ ਆ ਮੀਰ ਜਦਾ ਘੋੜੇ ਉੱਪਰ ਬੈਠ ਕੇ ਕਿ ਲੱਭਣ ਚੱਲ ਪਿਆ ਤਾਂ ਇਹ ਜਿਹੜਾ ਆਪਾਂ ਕੁਐਸਚਨ ਪੁੱਛਿਆ ਗਿਆ ਇਹ ਪੰਜਾਬੀ ਦੀਆਂ ਲੋਕ ਕਥਾਵਾਂ ਦੇ ਵਿੱਚੋਂ ਪੁੱਛਿਆ ਗਿਆ ਔਰ ਇਹਨਾਂ ਦੇ ਵਿੱਚੋਂ ਜਿਹੜਾ ਨੀਤੀਕਤਾ ਹੋ ਗਈ ਪਰਿਕਤਾ ਹੋ ਗਈ ਔਰ ਜਿਹੜਾ ਜਿਸ ਦੇ ਵਿੱਚੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਥਾਵਾਂ ਹੋ ਗਈਆਂ ਪ੍ਰੇਤ ਕਥਾਵਾਂ ਹੋ ਗਈਆਂ ਤੇ ਉਹਨਾਂ ਦੇ ਵਿੱਚੋਂ ਪ੍ਰਸ਼ਨ ਪੁੱਛਿਆ ਗਿਆ ਤਾਂ ਮੀਰ ਜਦਾ ਘੋੜੇ ਉੱਤੇ ਬੈਠ ਕੇ ਕੀ ਲੱਭਣ ਚੱਲ ਪਿਆ ਤਾਂ ਇਹ ਜਿਹੜੀ ਸਟੋਰੀ ਹੈਗੀ ਕਹਾਣੀ ਦੇ ਰੂਪ ਵਿੱਚ ਬਚਪਨ ਵਿੱਚ ਤੁਸੀਂ ਸਭ ਨੇ ਪੜ੍ਹੀ ਹੋਣੀ ਏ ਆਪਸ਼ਨ ਰਾਣੀ ਨੂੰ ਬੀ ਆਪਸ਼ਨ ਕੋਕਲਾ ਨੂੰ ਸੀ ਆਪਸ਼ਨ ਸਬਜਪਰੀ ਨੂੰ ਤੇ ਡੀ ਆਪਸ਼ਨ ਬੁੱਢੀ ਮਾਂ ਨੂੰ ਤਾਂ ਸਹੀ ਆਨਸਰ ਹੈ ਇਹ ਜਿਹੜਾ ਕਥਾ ਦਾ ਨਾਮ ਹੈ ਸਬਜਪਰੀ ਇੱਕ ਸਬਜਪਰੀ ਹੁੰਦੀ ਇੱਕ ਮੀਰ ਜادہ ਤਾਂ ਦੋਨਾਂ ਦੀ ਜਿਹੜੀ ਪ੍ਰੇਮ ਕਹਾਣੀ ਹੈ ਤਾਂ ਸਹੀ ਆਨਸਰ ਸੀਗਾ ਸਬਜਪਰੀ ਨੂੰ ਮੀਰ ਜادہ ਘੋੜੇ ਉੱਪਰ ਬੈਠ ਕੇ ਸਬਜਪਰੀ ਨੂੰ ਲੱਭਣ ਚੱਲ ਪਿਆ ਸੀ ਪਰੀਆਂ ਦੇ ਦੇਸ਼ ਵਿੱਚ ਤਾਂ ਸਹੀ ਆਨਸਰ ਸੀ ਸੀ ਆਪਸ਼ਨ ਵੀ ਨੰਬਰ ਪ੍ਰਸ਼ਨ ਦੇਖਦੇ ਆ ਸਮਾਸੀ ਸ਼ਬਦ ਚੁਣੋ ਨੇਤਰਦਾਨ ਦਾ ਸਮਾਸੀ ਸ਼ਬਦ ਕੀ ਹੋ ਸਕਦਾ ਹੈ ਇਹ ਆਪਸ਼ਨ ਨੇਤਰੀਦਾਨ ਬੀ ਆਪਸ਼ਨ ਨੇਤਰਦਾਨ ਸੀ ਆਪਸ਼ਨ ਨੇਤਰਦਾਨੀ ਤੇ ਡੀ ਆਪਸ਼ਨ ਨੇਤਰਦਾਨ ਤਾਂ ਸਹੀ ਆਨਸਰ ਹੈਗਾ ਜਿਹੜਾ ਆਪਣੇ ਕੋਲ ਬੀ ਆਪਸ਼ਨ ਨੇਤਰ ਜੋੜਨੇ ਦਾਨ ਤਾਂ ਨੇਤਰਦਾਨ ਨੇਤਰਾਂ ਦਾ ਦਾਨ ਤਾਂ ਸਮਾਸੀ ਸ਼ਬਦ ਹੈ ਨੇਤਰਦਾਨ ਤਾ ਹੁਣ ਜਿਹੜੀ ਇੱਕ ਅਪਡੇਟ ਹੋ ਟੈਟਬਜ਼ਰ ਐਪਲੀਕੇਸ਼ਨ ਦੇ ਉੱਪਰ ਜਿਹੜੇ ਕੋਰਸ ਚੱਲ ਰਿਹਾ ਉਹਨਾਂ ਦੇ ਰਿਗਾਰਡਿੰਗ ਜਾਣਕਾਰੀ ਪੰਜਾਬ ਪੁਲਿਸ ਦਾ ਬੈਚ ਜਿਹੜਾ ਆਪਣੇ ਟੈਟਬਜ਼ਰ ਐਪ ਦੇ ਉੱਪਰ ਜਿਹੜਾ ਅਵੇਲੇਬਲ ਹੈ ਸੋ ਚੱਲ ਰਿਹਾ ਇਸਦੇ ਡੈਮੋ ਲੈਕਚਰ ਵੀ ਐਪ ਦੇ ਉੱਪਰ ਅਵੇਲੇਬਲ ਨੇ ਨਾਲ ਹੀ ਜਿਹੜਾ ਪੰਜਾਬ ਪਟਵਾਰੀ ਦਾ ਕ੍ਰੈਸ਼ ਕੋਰਸ ਐਟਟੀ ਸੈਕੰਡ ਪੇਪਰ ਐਂਡ ਐਟਟੀ 8393 ਦੀ ਭਰਤੀ ਨੂੰ ਲੈ ਕੇ ਬੈਚ ਪੀਡੀਐਫ ਨੋਟਸ ਵੀ ਪ੍ਰੋਵਾਈਡ ਕੀਤੇ ਜਾ ਰਹੇ ਨੇ ਜੇਲ ਵਾਰਡਨ ਤੇ ਕੋਆਪਰੇਟਿਵ ਬੈਂਕ ਉਹ ਨਾਲ ਹੀ ਜਿਹੜਾ ਪੀਐਸ ਟੈਟ ਠੀਕ ਹੈ ਪੇਪਰ 1 ਅਤੇ ਜਿਹੜਾ ਪੇਪਰ 2 ਕੁਝ ਜਿਹੜਾ ਪੇਪਰ 2 ਦੇ ਵਿੱਚ ਮੈਥ ਸਾਇੰਸ ਤੇ ਐਸਐਸਟੀ ਦੇ ਸਖਿਆਰਥੀਆਂ ਲਈ ਵੀ ਜਿਹੜਾ ਤਿਆਰੀ ਦਾ ਖਾਸ ਪ੍ਰਬੰਧ ਹੈ ਸੋ ਸਾਰੇ ਕੋਰਸ ਆਪਣੇ ਜਿਹੜੇ ਬਾਇਲਿੰਗਵਲ ਦੋ ਭਾਸ਼ੀ ਕੋਰਸ ਨੇ ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਤੁਹਾਨੂੰ ਜਿਹੜਾ ਤਿਆਰੀ ਕਰਵਾਈ ਜਾਂਦੀ ਹੈ ਸੋ ਪੀਡੀਐਫ ਨੋਟਸ ਦਿੱਤੇ ਜਾਂਦੇ ਹਨ ਲਾਈਵ ਪਲੱਸ ਪ੍ਰੀ ਰਿਕਾਰਡਡ ਲੈਕਚਰ ਵੀ ਦਿੱਤੀਆਂ ਜਾਂਦੀਆਂ ਨੇ ਔਰ ਟੌਪਿਕ ਵਾਈਜ਼ ਜਿਹੜਾ ਐਮਸੀਕਿਊ ਔਰ ਇੱਕ ਕੋਰਸ ਦੇ ਜਿਹੜੇ ਡੈਮੋ ਲੈਕਚਰ ਨੇ ਟੈਟ ਬਜ਼ਰ ਐਪਲੀਕੇਸ਼ਨ ਦੇ ਉੱਪਰ ਅਵੇਲੇਬਲ ਨੇ ਸੋ ਹੋਰ ਅਪਡੇਟ ਦੇ ਲਈ ਤੁਸੀਂ ਸਾਡਾ ਟੈਲੀਗ੍ਰam ਚੈਨਲ ਜੁਆਇਨ ਕਰੋ ਔਰ ਇੰਸਟਾਗ੍ਰam ਤੇ ਫੋਲੋ ਕਰੋ ਟੈਟ ਬਜ਼ਰ ਨੂੰ ਲਾਈਕ आवर ਫੇਸਬੁੱਕ ਪੇਜ ਔਰ ਜਿਹੜੇ ਸਖਿਆਰਤੀ ਫਸਟ ਟਾਈਮ ਟੈਟ ਬਜ਼ਰ YouTube ਚੈਨਲ ਦੇ ਉੱਪਰ ਵਿਜ਼ਿਟ ਕਰ ਰਹੇ ਨੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਔਰ ਆਪਣੇ ਦੋਸਤਾਂ ਤੱਕ ਵੱਦ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ